खबर हुशियारपुर के हलका टांडा अधीन आउंदे पिंड फतेह कुल्ला तो है, जिथे गुजरां दे दो गुटां विचकार हुई लड़ाई च एक व्यक्ति की मौत अते चार दे गंभीर रूप से जख्मी हो जाने की खबर सामने आई है। सूचना मिलते ही थाना टांडा की पुलिस वालों मौके पर पहुँच के अगली कार्रवाई शुरू कर दी गई है। इस संबंधी जानकारी देंदे हां सिविल हस्पताल हुशियारपुर विखे इलाज अधीन रहमा अली ने दस्सिया कि वह श्री हरगोबिंदपुर साहब के पिंड संतोष नगर के रहने वाले ने ते टांडा के पिंड फतेह कुल्ला विखे अपने रिश्तेदारों के घर समागम च आए हुए सन। इस दौरान उन्होंने शरीकों वालों ही पुरानी गल नूं लैके उन्होंने उपर कुहाड़ियां नाल हमला कर दिता गया, जिस विच उसके पिता तालिब हुसैन की मौत हो गई तो उसके होर परिवारक मैंबर गंभीर रूप से जख्मी हो गए। रहमा अली ने दस्सिया कि उन्होंने शरीकों नाल कोई पुराना झगड़ा चल रहा है, जिस कारण ही उन्होंने शरीकों वालों उन्होंने उपर 15 से 20 व्यक्तियों नाल मिलकर हमला किया गया है, जिस विच उसके पिता की मौत हो गई है तो चार होर व्यक्ति गंभीर रूप से जख्मी हो गए हैं। इस संबंधी जानकारी देंदे थाना टांडा के SHO जबरजीत सिंह ने दस्सिया कि अद्धी दर्जन तो वध व्यक्तियों विरुद्ध थाना टांडा पुलिस वालों कतल का मामला दर्ज करके अगलेरी कार्रवाई शुरू कर दी गई है तो कथित दोषी हाले फरार ने। हुशियारपुर न्यूज़ के नाल चेतन कश्यप की रिपोर्ट। We are a multicultural network community. We groom competent global citizens to effect positive change around them. ਕੀ ਨਾਮ ਹੈ ਤੁਹਾਡਾ? ਸਾਡਾ ਨਾਮ ਰਹਿਮਲੀ ਜੀ। ਰਹਿਮਲੀ ਜੀ ਕੀ ਗੱਲਬਾਤ ਹੋਈ ਹੈ? ਗੱਲਬਾਤ ਇਹ ਹੋਈ ਜੀ, ਲੜਾਈ ਪਹਿਲਾਂ ਪੁਰਾਣੀ ਸੀ, ਇੱਕ ਵਾਰ ਨਿਬੜ ਗਈ ਸੀ। ਇਹਨਾਂ ਨੇ ਸਾਡੇ ਨਾਲ 15-20 ਬੰਦਿਆਂ ਨੇ ਧੱਕਾ ਕੀਤਾ, ਸਾਨੂੰ ਚਾਰਾਂ ਜਣਾਂ ਨੂੰ ਕੁਹਾੜਿਆਂ ਨਾਲ ਤੇ ਦਾਤਰਾਂ ਨਾਲ ਕੁੱਟਿਆ। ਇੱਕ ਬੰਦਾ ਬਹੁਤ ਹੀ ਸੀਰੀਅਸ ਆ, ਹਾਲੇ ਮਤਲਬ ਬੋਲ ਚਾਲ ਕੋਈ ਨਹੀਂ ਹੈਗੀ। ਇੱਕ ਬੰਦੇ ਸਿਰ 'ਚ ਸੱਟ ਗੁੱਝੀ ਲੱਗ ਗਈ। ਇਹਦੇ ਵਿੱਚ ਡੈਥ ਵੀ ਹੋਈ ਹੈ ਕਿਸੇ ਦੀ? ਹਾਂਜੀ, ਡੈਥ ਹੋ ਗਈ ਇੱਕ ਬੰਦੇ ਦੀ। ਕਿਹਦੀ ਹੋਈ ਹੈ ਜੀ? ਡੈਡੀ ਸਾਡੇ ਦਾ। ਕੀ ਨਾਮ? ਤਾਲੀ ਪੈਸਾ। ਠੀਕ ਹੈ ਜੀ। ਕਾਰਨ ਕੀ ਹੈ ਲੜਾਈ ਦਾ? ਹਾਂਜੀ, ਲੜਾਈ ਦਾ ਕਾਰਨ ਕੀ ਹੈ, ਕਿਉਂ ਹੋਈ ਲੜਾਈ? ਲੜਾਈ ਦਾ ਕਾਰਨ ਜੀ ਕੋਈ ਪਤਾ ਹੀ ਨਹੀਂ, ਤੇ ਪੁਰਾਣੀ ਲੜਾਈ ਸੀ, ਕੋਈ ਸਾਨੂੰ ਤੇ ਕੋਈ ਪਤਾ ਹੀ ਨਹੀਂ ਸੀ। ਆਪਾਂ ਇਕੱਠੇ ਇਕੱਠੇ ਗਏ ਸੀ, ਉਹ 15-20 ਬੰਦੇ ਸੀ, ਉਹਨਾਂ ਨੇ ਸਾਨੂੰ ਘੇਰ ਕੇ ਤੇ ਉਹ ਰੋਜੇ ਚੱਲਣ ਡੇ ਨਾ ਆਪਣੇ, ਸ਼ਾਮ ਕੋ ਰੋਜਾ ਖੋਲ ਕੇ ਤੇ ਉਹਨਾਂ ਨੇ ਘੇਰ ਕੇ ਸਾਨੂੰ ਕੁੱਟ ਲਿਆ। ਤੇ ਉਹ ਵੀ ਗੁੱਜਰ ਭਾਈਚਾਰੇ ਨਾਲ ਸੰਬੰਧ ਦਾ? ਭਾਈ ਸ਼ਰੀਕ ਸਾਡੇ। ਠੀਕ ਹੈ, ਕਿਹੜੀ ਜਗ੍ਹਾ ਲੜਾਈ ਹੋਈ? ਲੜਾਈ ਹੋਈ ਫਤਿਹ ਕੋਲੇ। ਠੀਕ ਹੈ ਜੀ, ਤੇ ਤੁਸੀਂ ਕਿੱਥੇ ਤੇ ਰਹਿਣ ਵਾਲੇ ਹੋ? ਆਪਾਂ ਸੰਤੋਸ਼ ਨਗਰ ਚ ਰਹਿਣ ਵਾਲੇ। ਜ਼ਖਮੀ ਕਿੰਨੇ ਜਣੇ ਹੋਏ ਜੀ? ਜ਼ਖਮੀ 3 ਜਣੇ। ਤੇ ਇੱਕ ਦੀ ਡੈਥ ਹੋ ਗਈ ਹੈ ਨਾ ਜੀ? ਨਹੀਂ, 4 ਜਣੇ, ਇੱਕ ਬਾਪੂ ਸਾਡਾ, ਉਹ ਵੀ ਦਸੂਆ ਹਸਪੀਟਲ। ਤੇ ਫਿਰ ਜਿਹਨੇ ਡੈਥ ਹੋਈ ਉਹ ਵੀ ਲੱਗਦੇ? ਉਹ ਡੈਡੀ। ਠੀਕ, ਜ਼ਖਮੀ ਕੌਣ ਹੈ ਤੁਹਾਡਾ? ਦਾਦਾ ਜੀ। ਅੱਛਾ ਜੀ, ਤਾਂ ਪੁਲਿਸ ਪਹੁੰਚ ਗਈ ਸੀਗੀ ਫਿਰ ਮੌਕੇ ਤੇ? ਹਾਂਜੀ, ਪੁਲਿਸ ਪਹੁੰਚ ਗਈ ਸੀ। ਕਿਦ ਕੀ ਕਾਰਵਾਈ ਹੁਣ ਕੀਤੀ ਜਾ ਰਹੀ ਉਹਨਾਂ ਵੱਲੋਂ? ਪੁਲਿਸ ਵਾਲਾ ਪਤਾ ਨਹੀਂ, ਆਪਾਂ ਪਹਿਲਾਂ ਆ ਗਏ ਸੀ, ਆਪਾਂ 3 ਜਣੇ ਪਹਿਲਾਂ ਆ ਗਏ ਸੀ, ਪੁਲਿਸ ਬਾਅਦ ਵੇਲੇ ਗਈ। ਕੀ ਮੰਗ ਕਰਦੇ ਹੋ? ਹੁਣ ਆਪਾਂ ਇਹੋ ਮੰਗ ਕਰਦੇ ਵੀ ਸਾਡਾ ਫੈਸਲਾ ਕਰੇ ਸਰਕਾਰ। ਠੀਕ ਹੈ। ਹਾਂਜੀ, ਇਹ ਜੀ ਸ਼ੇਰੂ ਸਨ ਆਫ ਲਾਲਦੀਨ ਵਾਸੀ ਫਤਿਹ ਕੁੱਲਾ, ਇਹਦੇ ਬਾਪ ਦੀ ਡੈਥ ਹੋਈ ਸੀ, ਇਹਦਾ 40 ਮਾਸ ਸੀ। ਕੋਈ ਇਹਨਾਂ ਦੇ ਜਿਹੜਾ ਕੋਈ ਧਾਰਮਿਕ ਜਿਹੜੇ ਰੀਤੀ ਰਿਵਾਜ਼ ਮੁਤਾਬਕ ਇਹਦਾ ਭੋਗ ਪੈਣਾ ਸੀਗਾ। ਉਸ ਵਿੱਚ ਕਰਮਦੀਨ ਸਨ ਆਫ ਨੂਰ ਜਮਾਲ ਵਾਸੀ ਕੋਟ ਸੰਤ ਨਗਰ ਸੰਤੋਖ ਨਗਰ ਸ਼੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਆ, ਇਹ ਆਪਣੇ ਬੇਟਿਆਂ ਨਾਲ ਇਹਦਾ ਪੁੱਤਰ ਆ। ਹੋਰ ਵੀ ਉੱਥੇ ਕਾਫੀ ਜਿਹੜੇ ਲੋਕ ਜਿਹੜੇ ਉਹ ਜਿਹੜੀ ਉਹ ਚੱਲ ਰਹੀ ਸੀ ਉਹਦੇ ਵਿੱਚ ਸ਼ਾਮਿਲ ਹੋਏ। ਅਚਾਨਕ ਇਹਨਾਂ ਦੀ ਰਾਤ ਉੱਥੇ ਕਿਸੇ ਗੱਲ ਤੋਂ ਤਕਰਾਰ ਹੋ ਗਈ। ਤਕਰਾਰ ਅਜਿਹੀ ਹੋਈ ਵੀ ਇਹਨਾਂ ਨੇ ਉੱਥੇ ਜਿਹੜੇ ਬਾਂਸ ਜਾਂ ਡਾਂਗਾ ਲੱਗੀਆਂ ਸੀ ਉਹ ਤੋਂ ਲੈ ਕੇ ਉਹਨਾਂ ਦੂਜੀ ਪਾਰਟੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਤਾਲਬ ਹੁਸੈਨ ਸਨ ਆਫ ਕਰਮਦੀਨ ਵਾਸੀ ਸੰਤੋਖ ਨਗਰ ਜਿਹੜਾ ਸ਼੍ਰੀ ਹਰਗੋਬਿੰਦਪੁਰ ਆ, ਇਹਦੀ ਮੌਕੇ 'ਤੇ ਡੈਥ ਹੋ ਗਈ ਅਤੇ ਤਿੰਨ ਵਿਅਕਤੀ ਹੋਰ ਜ਼ਖਮੀ ਹੋਏ ਆ, ਜਿਹੜੇ ਇਲਾਜ ਸਿਵਲ ਹੋਸਪਿਟਲ ਹੁਸ਼ਿਆਰਪੁਰ ਆ। ਸਰ, ਕਿੰਨੇ ਦੋਸ਼ੀ ਜਿਹੜੇ ਫੜੇ ਚੁੱਕੇ ਜਾ ਕੇ ਜਿਹਨਾਂ ਪਰਚਾ ਦਰਜ ਹੋਇਆ ਜੀ? ਇਹਦੇ 'ਤੇ ਜੀ 8 ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਹੋਇਆ ਵਾ। ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ ਆ, ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ SSP ਸਾਹਿਬ ਨੇ ਵੱਖ ਵੱਖ ਟੀਮਾਂ ਤਿਆਰ ਕੀਤੀਆਂ, ਜਿਹੜੀਆਂ ਰੇਡ ਕਰ ਰਹੀਆਂ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏ।